बाबिओ 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 अज असी आया भाना जट भाना जट को आया इधर भाना सिद्धू इधर भाना जट है मिंटू जट बाबे बहुत शकीन बंदा है पुरानी विरासत परिवार की सामभ के रखी खड़ा है सानू बहुत कहना घरे स्विमिंग पूल बनाई खड़ा है शौकी आ बंदा ਸ਼ੌਂਕਾਂ ਦਾ ਵੀ ਮਨ ਕਰਨੇ ਚਾਹੀਦੇ ਆ ਜਿਹੜੇ ਬਜ਼ੁਰਗਾਂ ਦੀ ਵਿਰਾਸਤ ਬਈ ਜੀ ਇੱਕ ਮਿੰਟ ਤੁਸੀਂ ਮੈਨੂੰ ਹੋਰ ਗੱਲ ਦੱਸੋ ਵੀ ਤੁਸੀਂ ਜਿਹੜੀਆਂ ਪੁਰਾਣੀਆਂ ਗੱਲਾਂ ਸਾਰੇ ਤੁਹਾਡੇ ਸਕਿੱਟਾਂ ਦੇ ਵਿੱਚ ਉਹ ਦੇਖੀਆਂ ਗਈਆਂ ਨਹੀਂ ਇਹ ਤੁਸੀਂ ਇੰਨੇ ਕਿੱਥੋਂ ਕੱਢ ਕੇ ਲੈ ਕੇ ਆਉਣੇ ਹੋ ਇਹ ਭਾਨੇ ਬਾਈ ਅਸੀਂ ਪਿੰਡਾਂ ਨਾਲ ਜੁੜੇ ਹੋਏ ਲੋਕ ਆ ਪਿੰਡਾਂ ਦੀ ਮਿੱਟੀ ਨਾਲ ਜੁੜੇ ਹੋਏ ਲੋਕ ਆ ਜਾਂ ਭਾਨੇ ਬਾਈ ਹੋਣੀ ਅਮਨੇ ਹੋਣੀ ਗੱਲ ਹੋਣੀ ਤਨੋਜ ਹੋਣੀ ਅਸੀਂ ਪਿੰਡਾਂ 'ਚ ਰਹਿੰਦੇ ਹਾਂ ਅਸੀਂ ਤਾਂ ਹੀ ਪਿੰਡਾਂ ਦੀਆਂ ਗੱਲਾਂ ਕਰਦੇ ਹਾਂ ਉਹ ਪਿੰਡਾਂ ਵਾਲੀਆਂ ਗੱਲਾਂ ਜਿਹੜੀਆਂ ਹਰ ਇੱਕ ਬੰਦੇ ਨੂੰ ਪਸੰਦ ਆਉਂਦੀਆਂ ਕਿਉਂਕਿ ਅਸੀਂ ਅੱਜ ਵੀ ਪਿੰਡ 'ਚ ਹੀ ਰਹਿ ਰਹੇ ਹਾਂ ਕੱਲ੍ਹ ਵੀ ਪਿੰਡ 'ਚ ਹੀ ਰਹਿਣਾ ਅਤੇ ਸਦਾ ਹੀ ਪਿੰਡ 'ਚ ਰਹਿਣਾ ਅਤੇ ਪਿੰਡਾਂ ਵਾਲੀਆਂ ਹੀ ਗੱਲਾਂ ਕਰਨੀਆਂ ਜੋ ਸਾਡੇ ਬੁੜੇ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਹੈ ਨਾ ਪਤਾ ਕੀ ਗੱਲ ਆ ਹੁਣ ਸਾਰਾ ਅੱਧੇ ਤੋਂ ਵੱਧ ਪੰਜਾਬ ਬਾਹਰ 'ਚ ਲੈ ਗਿਆ ਉਹ ਜਿਹੜੇ ਤੁਸੀਂ ਚੀਜ਼ਾਂ ਕਰੀ ਆ ਉਹਨੂੰ ਵੀਡੀਓ ਦੇ ਵਿੱਚ ਉਹਨਾਂ ਨੂੰ ਤਰਸਦਾ ਉਹ ਤਰਸਦਾ ਇੱਕ ਹਾਂ ਵੀ ਬਾਬਿਓ ਅੱਜ ਸਾਡੇ ਨਾਲ ਹੈ ਭਾਨਾ ਭਗੌੜਾ ਮਸਾਂ ਫੜਿਆ ਸੰਗਲ ਸੁੰਗਲ ਪਾ ਕੇ ਪਤੰਦਰ ਝੋਟੇ ਮੰਗੂ ਵਿੱਚ ਕਿਹੜਾ ਜਾਣ ਘੱਟ ਹੈ ਸੰਗਲ ਤੋੜਦੇ ਕਰੇ ਹਾਰ ਕੇ ਫਿਰ ਮਸ਼ੀਨੀ ਸੰਗਲ ਬਣਾਏ ਫਿਰ ਇਹ ਨੂੜਿਆ ਬੱਤ ਕਰੇ ਇਹਨੂੰ ਦਵਾਈ ਦਵੂਈ ਦਿੱਤੀ ਹਫਤਾ ਰਹੇ ਦਾ ਫਿਰ ਠੀਕ ਹੈ ਹੁਣ ਤੇ ਬਾਈ ਜੀ ਹੁਣ ਤੁਸੀਂ ਕੈਨੇਡਾ ਜਾ ਕੇ ਆਏ ਹੋ ਤੇ ਉੱਥੇ ਤੁਹਾਨੂੰ ਇੱਥੇ ਇੰਡੀਆ ਵਾਲਿਆਂ ਨੂੰ ਜਾਂ ਉੱਥੇ ਕੀ ਫਰਕ ਲੱਗਾ ਗੱਲਬਾਤ ਸੁਣਾਓ ਕੈਨੇਡਾ ਜਿਹੜੇ ਤੁਸੀਂ ਦੱਸ ਰਹੇ ਸਾਨੂੰ ਰੇਡੀਓ ਚੈਨਲ ਨੇ ਤੁਹਾਡੀ ਇੰਟਰਵਿਊ ਕਰ ਰਹੇ ਜੋ ਸਵਾਲ ਪੁੱਛਿਆ ਉਹ ਦੱਸੋ ਹਾਂ ਅਸੀਂ ਪਹਿਲਾਂ ਤਾਂ ਅਮਨੇ ਬਾਈ ਦਾ ਭਾਨੇ ਵੀਰ ਹੋਣਾ ਦਾ ਗਿੱਲ ਵੀਰ ਹੋਣਾ ਦਾ ਤੇ ਤਨੋਜ ਹੋਣਾ ਦਾ ਥੈਂਕ ਯੂ ਕੱਲ੍ਹ ਦੇ ਆਏ ਪਿਆ ਤੀਆਂ ਵਰਗਾ ਮਾਹੌਲ ਹੋਇਆ ਪਿਆ ਮਾਰ ਕੇ ਬੋਲੀਆਂ ਤੇ ਬੋਲੀਆਂ ਪਈਆਂ ਸਾਰੀ ਦਾ ਹਨਾ ਉਹ ਬੋਲੀਆਂ ਤੁਹਾਨੂੰ ਸੁਣਾਉਣ ਵਾਲੀ ਨਹੀਂ ਸੁਣਾਉਣ ਵਾਲੀ ਤਾੜੀ ਸੁਣਾਈਆਂ ਜੇ ਸੁਣਾਤੀਆਂ ਭੈਣ ਚ ਉਦੋਂ ਥੋੜਾ ਢਿੱਡ ਪਾੜ ਦਿਓ ਤੇ ਬਾਕੀ ਕੈਨੇਡਾ ਜਾ ਕੇ ਆਇਆ ਬਹੁਤ ਵਧੀਆ ਲੱਗਿਆ ਹੈ ਨਾ ਬੱਲੇ ਬੱਲੇ ਆਪਣੇ ਪੰਜਾਬੀ ਤੂੰ ਦੱਸ ਵੀ ਕੈਨੇਡਾ ਗਿਆ ਕਿ ਆਪਣਾ ਆਪਣਾ ਪੰਜਾਬ ਇੰਡੀਆ ਗਿਆ ਉਹ ਗੱਲ ਦੱਸ ਆਪਣਾ ਭਾਨੇ ਬਾਈ ਇੰਡੀਆ 200 ਸਾਲ ਲੱਗਿਆ ਕੈਨੇਡਾ ਨਾਲੋਂ ਨਹੀਂ ਉਹ ਨਹੀਂ ਸ਼ੁਰੂ ਤੋਂ ਗੱਲ ਦੱਸੋ ਵੀ ਉਹ ਤੁਹਾਨੂੰ ਪੁੱਛਿਆ ਰੇਡੀਓ ਦੇ ਸਵਾਲ ਮੈਂ ਜਦੋਂ ਕੈਨੇਡਾ ਗਿਆ ਮੈਨੂੰ ਉੱਥੇ ਮੁੰਡਾ ਦਵਿੰਦਰ ਧਾਲੀਵਾਲ ਆ ਦਵਿੰਦਰ ਧਾਲੀਵਾਲ ਮੈਨੂੰ ਕਹਿੰਦਾ ਵੀ ਗੱਲ ਸੁਣ ਲਾ ਭਾਨਿਆ ਕਹਿੰਦਾ ਹੈ ਨਾ ਫਿਰ ਕੈਨੇਡਾ 100 ਸਾਲ ਅੱਗੇ ਇੰਡੀਆ ਨਾਲੋਂ ਉਹ ਮੈਂ ਕਿਹਾ ਝੂਠ ਬੋਲਦਾ ਹੈ ਮੈਂ ਕਿਹਾ 200 ਸਾਲ ਇੰਡੀਆ ਅੱਗੇ ਹੈ ਮੈਨੂੰ ਕਹਿੰਦੇ ਕਿਵੇਂ ਉਹ ਮੈਂ ਕਿਹਾ ਤੁਸੀਂ ਪਾਣੀ ਸਾਫ਼ ਰੱਖੀ ਬੈਠੇ ਹੋ ਹਲੇ ਤੱਕ ਜਮਾਂ ਹੀ ਗੰਧਲਾ ਨਹੀਂ ਕਰਿਆ ਉਹ ਅਸੀਂ ਪੀ ਪੂ ਕੇ ਗੰਧਲਾ ਕਰਤਾ ਮੈਂ ਕਿਹਾ ਛਾਡੇ ਵਾਲੇ ਪਾਣੀ ਨੇ ਤਾਂ ਕੈਂਸ਼ਲ ਵੀ ਹੋਣ ਲੱਗ ਗਏ ਭੈਣ ਚੋਦੀ ਪਾਣੀ ਵੀ ਸਾਰੇ ਵੀ ਭੈਣ ਚੋਦ ਕੇ ਰੱਖਤੀ ਅਸੀਂ ਪਾਣੀ ਦੀ ਫਿਰ ਮੈਂ ਕਿਹਾ ਤੁਸੀਂ ਦੇਖੋ ਕਿੰਨੇ ਦਰਖਤ ਖੜੇ ਆ ਦਰਖਤ ਹੀ ਦਰਖਤ ਜੰਗਲ ਖੜੇ ਆ ਮੈਂ ਕਿਹਾ ਸਾਡੇ ਇੰਡੀਆ 'ਚ ਆਇਓ ਮੈਂ ਕਿਹਾ ਅਸੀਂ ਸਾਰੇ ਦਰਖਤ ਵੜਤੇ ਅਸੀਂ ਤਾਂ ਸੜਕਾਂ 'ਤੇ ਨਹੀਂ ਦਰਖਤ ਛੱਡੇ ਸਾਡੇ ਤਾਂ ਲੜਾ ਮੈਦਾਨ ਕਰਤਾ ਮੈਂ ਕਿਹਾ ਅਸੀਂ 200 ਸਾਲ ਲੱਗੇ ਹਾਂ ਫਿਰ ਸਾਨੂੰ ਨਾਗਰਾ ਫਲ ਲੈ ਗਏ ਭਾਨੇ ਸੱਚ ਅੱਛਾ ਅੱਛਾ ਨਾਗਰਾ ਫਲ ਕੀ ਆ ਉਹ ਜਿਵੇਂ ਆਪਣੇ ਨਹਿਰ ਦੀਆਂ ਧਾਰਾਂ ਡਿੱਗਦੀਆਂ ਉਹ ਮੈਂ ਦਰਿਆ ਦੀਆਂ ਧਾਰਾਂ ਡਿੱਗਦੀਆਂ ਅੱਛਾ ਹਾਂ ਜਦੋਂ ਦਰਿਆ ਦੀਆਂ ਧਾਰਾਂ ਡਿੱਗਣ ਤੇ ਦਰਿਆ 'ਚੋਂ ਭਾਨੇ ਆਵਾਜ਼ ਆਈ ਕਹਿੰਦਾ ਭਾਨਾ ਭਗੌੜਾ ਜੀ ਵੈਲਕਮ ਆ ਕੈਨੇਡਾ ਵੈਲਕਮ ਟੂ ਭਾਨਾ ਭਗੌੜਾ ਹਾਂ ਮੈਨੂੰ ਕਹਿੰਦਾ ਕਿਵੇਂ ਲੱਗਿਆ ਨਾਗਰਾ ਫਾਲ ਕਹਿੰਦਾ ਮੈਂ ਕਿਵੇਂ ਲੱਗਿਆ ਮੈਂ ਕਿਹਾ ਵੈਰੀ ਗੁੱਡ ਪਰ ਸ਼ੁਕਰ ਕਰ ਤੂੰ ਸਾਡੇ ਇੰਡੀਆ 'ਚ ਨਹੀਂ ਮੈਂ ਕਿਹਾ ਜੇ ਤੂੰ ਕਦੇ ਸਾਡੇ ਇੰਡੀਆ 'ਚ ਵਗਦਾ ਹੁੰਦੇ ਨਾ ਤੇਰੇ 'ਚ 100 ਸ਼ਹਿਰ ਦਾ ਗੰਦਾ ਪਾਣੀ ਪਾਉਣਾ ਸੀ 100 ਸ਼ਹਿਰ ਦੇ ਗੰਦੇ ਨਾਲੇ ਪਾਣੀ ਪਾ ਕੇ ਤੇਰਾ ਵਜੂਦ ਮਿਟਾ ਦੇਣਾ ਸੀ ਜਿਹੜਾ ਮਾੜਾ ਮੋਟਾ ਸਾਫ਼ ਪਾਣੀ ਹੋਣਾ ਸੀ ਉਹ ਲਲੇਰ ਤਾਰ ਤਾਰ ਕੇ ਤੇਰਾ ਖਤਮ ਕਰ ਦੇਣਾ ਸੀ ਕੰਮ ਤੂੰ ਮੈਂ ਕਿਹਾ ਉਸ ਮੁਲਕ 'ਚ ਬਹਿਣਾ ਜਿੱਥੇ ਤੇਰੀ ਵੈਲਯੂ ਹੈ ਇੱਜ਼ਤ ਹੈ ਤੇਰੀ ਰਿਸਪੈਕਟ ਆ ਤੈਨੂੰ ਪਾਣੀ ਦੀ ਵੈਲਯੂ ਦਾ ਪਤਾ ਸਾਨੂੰ ਨਹੀਂ ਪਾਣੀ ਪੂਣੀ ਦਾ ਮਤਲਬ ਕੋਈ ਅੱਛਾ ਅੱਛਾ ਪਰ ਉੱਥੇ ਕੈਨੇਡਾ ਤੈਨੂੰ ਹੋਰ ਕੀ ਦੇਖਣ ਨੂੰ ਕੁਛ ਮਿਲਿਆ ਤੈਨੂੰ ਮੰਨ ਕੇ ਚੱਲ ਵੀ ਕਿਹੜੀ ਚੀਜ਼ ਦੇ ਮੰਨ ਕੇ ਚੱਲ ਗੋਰੀਆਂ ਗੋਰੀਆਂ ਦੇ ਕੋਈ ਰੈਸਟੋਰੈਂਟ ਦੀ ਗੱਲਬਾਤ ਮੈਂ ਨਾ ਵੀ ਭਾਲਿਆ ਕੀ ਪਤਾ ਉਹ ਗੱਲ ਦੱਸਣ ਵਾਲੀ ਨਹੀਂ ਪੈਂਦੇ ਯਾਰ ਆਪਣਾ ਮੰਨ ਕੇ ਥੋੜੀ ਜਿਹੀ ਦੱਸ ਦਿੰਦੇ ਆ ਜਿਹੜੀਆਂ ਗੋਰੀਆਂ ਉੱਥੇ ਹੈ ਨਾ ਵੱਡੀ ਗੱਲ ਆ ਵੀ ਗੋਰੀਆਂ ਅੰਗਰੇਜ਼ੀ ਬੋਲਦੀਆਂ ਉੱਥੇ ਅੱਛਾ ਮੈਂ ਕਿਹਾ ਤਾਂ ਹੀ ਮੁਲਕ ਕਾਮਯਾਬ ਪੰਜਾਬੀ ਨਹੀਂ ਬੋਲਦੀਆਂ ਗੋਰੀਆਂ ਨਾ ਨਾ ਅੰਗਰੇਜ਼ੀ ਬੋਲਦੇ ਉੱਥੇ ਜਵਾਕਾਂ ਨੂੰ ਅੰਗਰੇਜ਼ੀ ਆਉਂਦੀ ਉੱਥੇ ਨੂੰ ਮੈਂ ਨਾ ਚਰੀ ਵਾਂਗੂ ਪੜਦੇ ਆ ਜਵਾਕ ਤਾਂ ਮੈਂ ਸੁਣਾ ਵੀ ਕਿ ਜੰਮਦੇ ਜਵਾਕਾਂ ਨੂੰ ਅੰਗਰੇਜ਼ੀ ਆਉਂਦੀ ਆਪਾਂ ਨੂੰ ਭਾਵੇਂ 20-20 ਸਾਲ ਦੇ ਨੂੰ ਨਹੀਂ ਆਉਂਦੀ ਸਹੀ ਗੱਲ ਆ ਉੱਥੇ ਜੰਮਦੇ ਜਵਾਕ ਹੀ ਅੰਗਰੇਜ਼ੀ ਬੋਲੀ ਜਾਂਦੇ ਕਮਾਲ ਦੀ ਗੱਲ ਆ ਤਾਂ ਹੀ ਕਾਮਯਾਬ ਆ ਅੱਛਾ ਅੱਛਾ ਆਪਾਂ ਨੂੰ ਭਾਵੇਂ ਦਾ ਹੁਣ ਤੱਕ ਰਹੀ ਹਜੇ ਹਜੇ ਤੱਕ ਨਹੀਂ ਅੰਗਰੇਜ਼ੀ ਅੱਛਾ ਕਿਹੜੀ ਗੱਲ ਦੱਸ ਰਹੇ ਸੀ ਹੁਣ ਦੁਬਾਰੇ
मैं हुण इह दस रहा सीगा वी हुण असीं वधिया जिवें अंग्रेज़ां अंग्रेज़ी बोलदे तां ओह गल सी हां जिहड़ियां अंग्रेज़ां मैनूं उत्थे सारे कहिंदे वी इहनां नूं आई लव यू कहीं मैनूं आई लव यू दा पता नहीं सी अच्छा मैनूं मैं इक अंग्रेज़नी नूं जा के कहा मैं कहा आई लव यू उहने वट के चपेड़ मारी अच्छा कहिंदी भैण दे अखो असमा कहिंदी जर्मनी आउंदी तैनूं मैं कहा जी सॉरी कहिंदी आई लव यू दा मतलब हुंदा प्यार करना ना फुल ना फुल कहिंदी कुछ ना गिफ्ट ना लैणा ना देणा कहिंदी सिद्धा भैण तूं पहले ही आ गया आई लव यू बोलिए मैं कहा मैनूं तां ऐ सी थोड़ी छाप चूप डिग पी मैं तां थोनूं ऐ कहा सी वी लव यू लव यू लव यू जेड़ा भी बंदा कनेडा जांदा ना मैं तां उत्थे ब्रैम्पटन च देखा डंडा डांस भी बल्ले 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 ओ सभ्याचार ओ इंडिया च भी आना चाहिए पंजाब च आना चाहिए ਉਹ ਬਾਬੇ ਡੰਡੇ ਤੇ ਬਹਿ ਕੇ ਡਾਂਸ ਕਰ ਦਿੰਦੇ ਆ ਐ ਡੰਡੇ ਦੇ ਉੱਤੇ ਬਹਿ ਦਿੰਦੇ ਨੇ ਜਿਵੇਂ ਹੁਣ ਤੁਸੀਂ ਭਾਈ ਉਹ ਤਾਂ ਸੁਣਾ ਦੇ ਮਾੜਾ ਜਿਹਾ ਫਿਰ ਉਹ ਕੋਈ ਐਲੀ ਸਕੱਟ ਸੁਣਾ ਮਾੜੀ ਜੀ ਬਾਤ ਉਹ ਇੱਕ ਉਹ ਸਕੱਟ ਸੀਗੀ ਵੀ ਭਾਨੋ ਬੈਠੀ ਹੁੰਦੀ ਆ ਘਰ ਵਾਲਾ ਬੈਠਾ ਨਾਲ ਹਨਾ ਤੇ ਕਹਿੰਦੀ ਜੀ ਮੇਰਾ ਹੱਥ ਜਾ ਫਾੜ ਲਾ ਤੁਸੀਂ ਆਏ ਕਾ ਤਾਂ ਡਰਦੇ ਆ ਕਹਿੰਦਾ ਚੱਲ ਪਰ ਮੈਂ ਆਖਾ ਗੋਲ ਜੀ ਨੇ ਕੱਢੀ ਭੈਣ ਜਿਹਾ ਖਸਮਾ ਹਲਕ ਚ ਡੰਡਾ ਦੇ ਤੂੰ ਮੇਰੇ ਪਿਓ ਦੇ ਛਾਲੇ ਦੇ ਅੱਛਾ ਮੇਰਾ ਬਾਬੇ ਮੈਂ ਆਖਾ ਬਹੁਤ ਕੱਬਾ ਇਹ ਮਾਰ ਦਾ ਗੱਲਾਂ ਜੀਆਂ ਹਾਂ ਉਹ ਬੀਬੋ ਸਰਾ ਨਹੀਂ ਬੀਬੋ ਬੂਆ ਦੀ ਗੱਲ ਹੈ ਬਚਾਲੇ ਇੱਕ ਮਿੰਟ ਉਹ ਬਾਬੇ ਜਿਹੜਾ ਡਾਇਲੌਗ ਸੀ ਹਲਕ ਚ ਡੰਡਿਆ ਨਾ ਉਹ ਬੋਲਣਾ ਤਾਂ ਬਾਈ ਨੇ ਗਾਂਡ ਚ ਡੰਡਾ ਸੀ ਉਹ ਗੱਲ ਯਾਰ ਫਿਲਮ ਪ੍ਰੋਫੈਸ਼ਨਲ ਲੈਵਲ ਤੇ ਸੀ ਤਾਂ ਕਰਕੇ ਹਲਕ ਚ ਬੋਲਦੇ ਨੇ ਜੇ ਸਾਡੇ ਵਾਲੀ ਫਿਲਮ ਹੁੰਦੀ ਤਾਂ ਗਾਂਡ ਚ ਕਹਦੇ ਸੀ ਬਾਕੀ ਬਾਕੀ ਹਾਂ ਬੀਬੋ ਬੂਆ ਸੁਣਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਾਡੀਆਂ ਬਹੁਤ ਸਾਰੀਆਂ ਫਿਲਮਾਂ ਤੇ ਸਕਿੱਟਾਂ ਆ ਰਹੀਆਂ ਨੇ ਤੁਸੀਂ ਸਾਰਿਆਂ ਨੇ ਦੇਖਣੀਆਂ ਨੇ ਸਪੋਰਟ ਕਰਨੀਆਂ ਤੇ ਦੋ ਭਾਨੇ ਇਕੱਠੇ ਹੋ ਗਏ ਭਾਨਾ ਤਾਂ ਇੱਕ ਨਹੀਂ ਮਾਨ ਸੀ ਨਾ ਇਹ ਮਾਨ ਸੀ ਨਾ ਇਹ ਮਾਨ ਸੀ ਬਾਕੀ ਬਾਕੀ ਅਮਨ ਵੀਰਾ ਗੱਲ ਵੀਰਾ ਭਾਨਾ ਬਾਈ ਆਏ ਦਿਲੋਂ ਲਵ ਯੂ ਆ ਬਾਈ ਤੇ ਅਸੀਂ ਇਕੱਠੇ ਹੁਣ ਪਰਮਾਤਮਾ ਸੁੱਖ ਰੱਖੇ ਤੁਹਾਡੇ ਲਈ ਸਕਿੱਟਾਂ ਦੇ ਫਿਲਮਾਂ ਬਹੁਤ ਰੋਜ਼ ਹੀ ਪਾਇਆ ਕਰਾਂਗੇ ਆਪਾਂ ਰੋਜ਼ ਘੰਟੇ ਹਾਂ ਬਾਈ ਜੀ ਉਹ ਗੱਲ ਕਰ ਰਹੇ ਸੀਗੇ ਵੀ ਜਿਹੜੇ ਤੁਹਾਡੇ ਪੰਜਾਬੀ ਸਕਿੱਟਾਂ ਨੇ ਪੰਜਾਬ ਬਾਹਰ ਬਹੁਤ ਜਾ ਚੁੱਕਿਆ ਕਿਉਂਕਿ ਜਿਹੜੇ ਹੁਣ ਸਾਡੇ ਸਾਰੇ ਪਿੰਡਾਂ 'ਚ ਬਾਹਰ ਗਏ ਹੋਣਗੇ ਕਿਉਂਕਿ ਸ਼ਹਿਰਾਂ ਵਾਲੇ ਹਜੇ ਇੰਨੇ ਬਾਹਰ ਨਹੀਂ ਗਏ ਜਿੰਨੇ ਪਿੰਡਾਂ ਵਾਲੇ ਹੁਣ ਕੈਨੇਡਾ ਅਮਰੀਕਾ ਸਾਰੇ ਕੰਟਰੀਆਂ 'ਚ ਬਾਹਰ ਵੱਗ ਗਏ ਇੱਕ ਗੱਲ ਆਪਾਂ ਨੇ ਤੇਰੀ ਗੱਲ ਵਿੱਚ ਵੀ ਉੱਥੇ ਬਹੁਤ ਲੋਕ ਕਹਿ ਦਿੰਦੇ ਆ ਵੀ ਪੰਜਾਬ 'ਚ ਮੁੰਡੇ ਕੰਮ ਨੂੰ ਹੱਥ ਨਹੀਂ ਲਾਉਂਦੇ ਕੈਨੇਡਾ 'ਚ ਜਾ ਕੇ ਇੰਨਾ ਕੰਮ ਕਿਉਂ ਕਰਦੇ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵੀ ਇੱਥੇ ਪੰਜਾਬ ਦੇ ਵਿੱਚ ਕੰਮ ਉਹ ਕਰਨ ਪਰ ਉਹਨਾਂ ਦੇ ਕੰਮ ਦੀ ਕੀਮਤ ਹੀ ਨਹੀਂ ਪੈਂਦੀ ਕੀਮਤ ਨਹੀਂ ਪੈਂਦੀ ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਕੰਮ ਕਰਦੇ ਹੋ ਤੁਹਾਡੇ ਕੰਮ ਦੀ ਕੀਮਤ ਪੈਂਦੀ ਆ ਤੁਸੀਂ ਆਥਣ ਨੂੰ $100 $200 ਤੁਹਾਡੀ ਜੇਬ 'ਚ ਆ ਗਿਆ ਤੁਸੀਂ ਅਗਲੇ ਦਿਨ ਉਦੋਂ ਵੱਧ ਕੰਮ ਕਰੋਗੇ 12-13 ਹਜ਼ਾਰ ਬਣ ਗਿਆ ਇੰਡੀਆ ਦਾ 12-13 ਬਣ ਗਿਆ ਉੱਥੇ ਹੁਣ ਤੁਸੀਂ ਇੱਥੇ ਜਿੰਨਾ ਮਰਜ਼ੀ ਕੰਮ ਕਰ ਲਓ ਜੇ ਤੁਸੀਂ 300 ਰੁਪਇਆ ਦਿਹਾੜੀ 'ਤੇ ਵੀ ਬੰਦਾ ਜਾਂਦਾ ਇਹ ਨਹੀਂ ਪਤਾ ਵੀ 150 ਮਿਲੇ 200 ਮਿਲੇ ਨਾ ਨਾ ਬਾਈ ਗੱਲ ਇਹ ਬਾਬੇ ਜੇ ਕਿ ਮੇਰੇ ਵਰਗਾ ਬੰਦਾ ਦਿਹਾੜੀ 'ਤੇ ਵਗ ਜਾਂਦਾ 5-7 ਦਿਨ ਦਿਹਾੜੀ 'ਤੇ ਲਾਉਂਦਾ ਜੱਟ ਕਹਿੰਦਾ ਬਾਈ 2 ਮਹੀਨੇ ਨੂੰ ਰੁਪਈਏ ਮਿਲਣਗੇ ਭੈਣ ਤਾਂ ਕੱਢੀ ਕੀ ਜਮਾਂ ਦੱਸ ਕੀ ਕਰੂ ਬੰਦਾ ਭੈਣ ਦੀ ਡੰਗ ਬਾਕੀ ਸਿਆਣੇ ਕਹਿੰਦੇ ਆ ਵੀ ਜਿਹੜਾ ਗਰੀਬ ਦਾ ਜਿਹੜਾ ਹੈਗਾ ਨਾ ਕੰਮ ਕਰਨ ਵਾਲਾ ਬੰਦਾ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਉਹਦੀ ਕੀਮਤ ਦਿੱਤੀ ਜਾਵੇ ਤੇ ਜਦੋਂ ਇੰਡੀਆ ਦੇ ਵਿੱਚ ਇੱਥੇ ਕੰਮ ਦੀ ਕੀਮਤ ਹੋਣ ਲੱਗ ਜੂਗੀ ਨਾ ਕੰਮ ਦਾ ਮੁੱਲ ਪੈਣ ਲੱਗ ਜੂਗਾ ਤਾਂ ਬਾਹਰ ਕੋਈ ਜਾਂਦਾ ਹੀ ਨਹੀਂ ਮੇਰੇ ਖਿਆਲ 'ਚ ਇੱਥੇ ਭਾਵੇਂ ਜਦੋਂ ਪਸੀਨਾ ਸੁੱਕਣ ਦੀ ਥਾਂ ਤੇ ਬੰਦਾ ਵੀ ਸੁੱਕ ਜਾਂਦਾ ਫਿਰ ਪੈਸੇ ਮਿਲਦੇ ਹਾਂ ਇੱਥੇ ਬਾਬੇ ਉਹ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲਦੀਆਂ ਸਰਕਾਰੀ ਕੋਟ 'ਚ ਉਹ ਵਿਚਾਰੇ 5-5 ਮਹੀਨੇ ਬੈਠੇ ਪਿੱਟੀ ਜਾਂਦੇ ਰਹਿੰਦੇ ਨੇ ਹੁਣ ਤਾਂ ਪੰਜਾਬ ਪੁਲਿਸ ਦਾ ਵੀ ਬਹੁਤ ਬੁਰਾ ਹਾਲ ਹੋਇਆ ਪਿਆ ਬਾਕੀ ਬਾਈ ਜਿਹੜੇ ਤੁਸੀਂ ਪੰਜਾਬ ਪੁਲਿਸ ਦਾ ਭੈਣ ਚੋ ਦਾ ਬੱਕੀ ਜਿਹੜੇ ਤੁਸੀਂ ਸੇਵਾ ਨਿਭਾ ਰਹੇ ਹੋ ਬਹੁਤ ਵਧੀਆ ਕਿਉਂਕਿ ਉਹ ਚੀਜ਼ ਨੂੰ ਹੁਣ ਪੰਜਾਬੀਆਂ ਦੀ ਲੋੜ ਆ ਉਹਨਾਂ ਦੀ ਬਾਹਰ ਜਾਣ ਦੀ ਉਹਨਾਂ ਨੇ ਕੰਮ ਕਰਨਾ ਜਾ ਕੇ ਰੋਜੀ ਰੋਟੀ ਲਈ ਹੁਣ ਉਹ ਉਹਦੀ ਚੀਜ਼ ਨੂੰ ਤਰਸ ਰਹੇ ਨੇ ਜੀ ਆਪਣੀ ਪੁਰਾਣੀ ਵਿਰਾਸਤ ਨੂੰ ਤਰਸ ਰਹੇ ਨੇ ਪਿੰਡਾਂ ਦੇ ਇੰਟਰਟੇਨਮੈਂਟ ਨੂੰ ਤਰਸ ਰਹੇ ਨੇ ਜਿਹੜਾ ਤੁਸੀਂ ਇੰਟਰਟੇਨਮੈਂਟ ਕਰਕੇ ਭੇਜ ਰਹੇ ਹੋ ਇਹ ਵੀ ਬਹੁਤ ਵੱਡਾ ਕੰਮ ਹੈ ਕਿਉਂਕਿ ਇੱਕ ਚੀਜ਼ ਇਕੱਠੀ ਕਰਕੇ ਦੇਣੀ ਇੱਕ ਇੰਟਰਟੇਨਮੈਂਟ ਕਰਾਉਣਾ ਹੁਣ ਸਭ ਤੋਂ ਵੱਧ ਜ਼ਰੀਆ ਬਣ ਚੁੱਕਿਆ ਨੈਟਵਰਕ ਸੋਸ਼ਲ ਨੈਟਵਰਕ ਫੋਨ ਤੇ ਉਹਨਾਂ ਕੋਲੇ ਗੱਡੀਆਂ ਜਿੱਥੇ ਵੀ ਕਿਤੇ ਕੰਮ ਕਰਦੇ ਉਹ ਦੇਖਦੇ ਨੇਗੇ ਹਸਾਉਣਾ ਵੀ ਇੱਕ ਬਹੁਤ ਵੱਡੀ ਕਲਾ ਹੈ ਜੋ ਕਿ ਸਾਡੇ ਬੀਬਾ ਭੂਆ ਬੈਠੇ ਸਾਡੇ ਸੀਨੀਅਰ ਉਸਤਾਦ ਮਿੰਟੂ ਜੱਟ ਬੈਠੇ ਨੇ ਵੰਡੇ ਜਿਹੜਾ ਤਾਂ ਬਹੁਤ ਕੁਝ ਸਿੱਖਾਂਗੇ ਇੱਕ ਗੱਲ ਹੋਰ ਵੀ ਹੈ ਜੇ ਇਹ ਉਹੀ ਗੱਲਾਂ ਨੇ ਸਾਰੀਆਂ ਆਪਣੀਆਂ ਜਿਹੜੀਆਂ ਆਪਾਂ ਆਮ ਕਰਦੇ ਆ ਆਪਣੇ ਦਾਦੇ ਪੜਦਾਦੇ ਕਰਦੇ ਹੁੰਦੇ ਸੀ ਆਪਣਾ ਫਰਕ ਬੀਤੀਆਂ ਹੋਈਆਂ ਨੇ ਬੀਤੀਆਂ ਹੋਈਆਂ ਨੇ ਇਹ ਹੱਡ ਬੀਤੀਆਂ ਗੱਲਾਂ ਨੇ ਹੱਡ ਫਿਲਮਾਂ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਤਾਂ ਕਰਕੇ ਅਗਲੇ ਨੂੰ ਚੇਤਾ ਆ ਜਾਂਦਾ ਵੀ ਯਾਰ ਇਹ ਤਾਂ ਅਸੀਂ ਗੱਲਾਂ ਕਰਦੇ ਰਹੇ ਆ ਇਹ ਬਾਬੇ ਕੋਈ ਫੋਕੇ ਕਰੈਕਟਰ ਨਹੀਂ ਹੈਗੇ ਭੈਣ ਚੋਦੋ ਸਾਰਾ ਕੁਝ ਹੰਡਾਇਆ ਹੋਇਆ ਫਿਰ ਗੱਲ ਬਣਦੀ ਹੈ ਐ ਗੱਲਾਂ ਨਹੀਂ ਬਣਦੀਆਂ ਭੈਣ ਚੋਦੋ ਕਹਿੰਦਾ ਚੱਲ ਕਿਸੇ ਉੱਥੇ ਲਿਆਂਦਾ ਅਮਤਾਬਾਦ ਨੂੰ ਲਿਆਂਦਾ ਕਹਿੰਦੇ ਹਾਂਜੀ ਪੰਜਾਬੀ ਫਿਲਮ 'ਚ ਰੋਲ ਦੇਣਾ ਕਹਿੰਦੇ ਤੁਸੀਂ ਰੇਹ ਸਿੱਟਣਾ
अमिताभ बच्चन के भैन चलो पाई 50,000 वाली पेंट रे सिटन लग गया सिटता फिल्म बन गई सारा कुछ रिलीज हो गया बाद थले लोग गाला कड़ी गए भैन चो दा की करी जाना तू स्वाद की पाया जो रे सिटना उदो के कपड़े चाहिए जो तुम काम करना उदो के कपड़े पाते सानू पता है भाने होने सारे पता है सानू बाबे अज असि पहुंचे अज नहीं पहुंचे वैसे पहुंचे तो असि रात रात असि स्टोरियां पाईयां नहीं वैसे जान के नहीं पाईयां असि स्टोरियां जान के हां जदो असि साडे यार कोले पहुंचे जदो असि साडे यार मिंटू कोले पहुंचे असि लवाए दा जीए तां नचदा फिरे बहुत फिल्मा बनाउणियां ने असीं तुहानूं जल्दी जल्दी पूरा सभ्याचारक फिल्मा बनावांगे सभ्याचारक होर ही लोक कहिंदे सभ्याचार सभ्याचार असीं दसांगे सभ्याचार की हुंदा असीं बना के दिखावांगे सभ्याचार जिहड़ा भैन किसे ने दस्सिया नहीं जे पोर्न स्टार तों वी सभ्याचारक वीडियो ना बनांदे तां ना बदलदे हां तुसीं देखियो तुसीं देखो मियां मियां खलीफा देखो जो चकाई स्प्रे वाली ढोली जदों मारू जीरी दे स्प्रे तेले वाली तुसीं देखदे जायो भैन ते यार तुसीं देखदे जायो अज ही गल होई आ मियां खलीफा उधर चढ़ गई जहाज मैं लैण जाना बॉम्बे एयरपोर्ट तों जा रहा मैं जा रहा बॉम्बे बाबे एक गल होर हुण साडे हफ्ते दे विच एक ऐतवार ते एक वीरवार नूं वीडियो आउणी आउणी आ ते तुसीं देखियो हुण जिहड़ियां नवीआं आउण वालीआं वीडियो होणगीआं धमाका होऊगा धमाका बस तुसीं वेट करो वेट बस थोड़ा कु टाइम हां बस असीं कल तों कम स्टार्ट कर देना बाबे दा लै के रब दा रां थोड़े प्यार दी सपोर्ट चाचा 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 श्री अकाल चाचा वो चाचा वो भोर पावा भैन दा खासमा चाचे दा पार्टी भैया